जगराता हो रहा था, तो जैसे सब लोग आराम से बैठे थे, कोई इतना वो था नहीं, एक बजे का अंधेरी आ गई, बस सरेदा पंडाल सबके सारे बंदे के ऊपर आ गया, पर काफ़ी बंदे चोट खाए हैं, 5-6 बच्चे हैं और एक इंजर्ड हो ही गई। अच्छा, कितने लोग इंजर्ड हुए इसमें? इसमें 5 लोग हुए हैं, दोनों 3, 2 तो घर पे आ गए बच्चे, हल्का हल्का 3 के ज़्यादा लग गई बच्चों का। अच्छा। उनके सिर पे ज़्यादा लग गया। तो इसके कैसे कार्रवाई की है? पुलिस वाले तो गए थे, सब लिख पढ़ के लिया, शाम में सुबह बुलाए थे कि आ जाना यहाँ पे, सारे बंदे आगे मिल गए, बाकी गाड़ियाँ सब खड़ी। किसकी तरफ से, कहाँ पे प्रोग्राम हो रहा था? बारनाड़ा रोड पे, दारखान क्लब में। कौन सी जगह, किसने, कौन सी संस्था ने कराया था प्रोग्राम? वो बाके बिहारी क्लब में। जो जिसकी डेथ हुई है वो कौन है, लेडी कितने साल की है, क्या नाम है उसका? उसका नाम, क्या नाम है उसका? सुनीता नाम। कितने साल की है? 40 साल। कहाँ रहती है? वही बारनाड़ा रोड में। ठीक है। एक्सीडेंट हुआ कि किन्ने लोगों की जी मौत हुई है? ਰਾਤ ਜੀ ਇੱਥੇ ਬਾਰਨਹਾੜੇ ਸਾਡੇ ਇੱਕ ਪਿੰਡ ਪੈਂਦਾ, ਉੱਥੇ ਜਾਗਰਣ ਸੀਗਾ ਮਾਤਾ ਦਾ, ਅਤੇ ਬਾਹਰੋਂ ਉਹਨਾਂ ਨੇ ਸਿੰਗਰ ਬੁਲਾਏ ਹੋਏ ਸੀਗੇ ਜੋ ਜਾਗਰਣ ਦੇ ਧਾਰਮਿਕ ਗੀਤ ਗਾਉਂਦੇ ਸੀਗੇ, ਅਤੇ ਰਾਤ ਕਰੀਬ ਜਦੋਂ 3 ਵਜੇ ਦੀ ਗੱਲ ਹੈ, ਸਵੇਰੇ ਤੜਕੇ ਸਰ ਮੌਸਮ ਦੇ ਥੋੜ੍ਹੇ ਜਿਹੇ ਬਦਲਿਆ ਸੀਗਾ, ਤਾਂ ਹਨੇਰੀ ਨੂਰੀ ਚੱਲੀ ਸੀਗੀ, ਉਹਦੇ ਕਰਕੇ ਜਿਹੜੀ ਸਟੇਜ ਹੈ ਉਹ ਸਟੇਜ ਡਿੱਗ ਗਈ, ਉਹਦੇ ਨਾਲ ਕਈ 7 ਤੋਂ 8 ਬੰਦੇ ਜਿਹੜੇ ਫੱਟੜ ਹੈ, ਅਤੇ ਇੱਕ ਸੁਨੀਤਾ ਨਾਮ ਦੀ ਲੇਡੀ ਜਿਹੜੀ 40 ਸਾਲ ਦੀ ਜਿਹਦੀ ਉਮਰ ਸੀ ਉਹਦੀ ਮੌਤ ਹੋ ਗਈ DMC ਜਾ ਕੇ। ਅਤੇ ਇਹਦੇ ਕਿਹਦੀ ਗਲਤੀ ਸਰ ਨਿਕਲਦੀ ਹੈ, ਕਿਉਂਕਿ ਲਗਾਤਾਰ ਇਹ ਅਸੀਂ ਚੀਜ਼ ਜੀ ਵੈਰੀਫਾਈ ਕਰਦੇ ਹਾਂ, ਅਸੀਂ ਹੁਣ ਦੇਖ ਰਹੇ ਹਾਂ ਵੀ ਜਿਹੜੇ ਟੈਂਟ ਵਾਲੇ ਸੀਗੇ ਉਹਨਾਂ ਨੇ ਕੋਈ ਸੇਫਟੀ ਜਿਹੜੇ ਮੀਜ਼ਰਸ ਰੱਖੇ ਸੀਗੇ ਕਿ ਨਹੀਂ ਰੱਖੇ ਸੀ, ਵੀ ਬਾਕੀ ਮੌਸਮ ਦਾ ਕਿੰਨਾ ਕੁ ਬਦਲਿਆ, ਕਿ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਚੰਗੀ ਤਰ੍ਹਾਂ ਆਪਣਾ ਟੈਂਟ ਜਿਹੜਾ ਸਟੇਜ ਆ ਸੈਟਅਪ ਕਰਨਾ ਚਾਹੀਦਾ ਸੀ ਸੇਫਟੀ ਮੁਤਾਬਕ। ਕਿੰਨੇ ਲੋਕ ਹੋਏ? ਇੱਕ ਦੀ ਡੈਥ ਹੋਈ ਹੈ, ਸੁਨੀਤਾ ਲੇਡੀ। 7 ਤੋਂ 8 ਬੰਦੇ ਇੰਜਰਡ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ? ਕਾਰਵਾਈ ਉਹਨਾਂ ਦੇ ਹੁਣ ਅਸੀਂ 174 ਦੀ ਕਾਰਵਾਈ ਜਿਹੜੀ CRPC ਉਹ ਕਰ ਰਹੇ ਹਾਂ, BNSS ਜਿਹੜੀ ਹੁਣ ਨਵੀਂ ਧਾਰਾ ਜੀ, ਅਤੇ ਬਾਕੀ ਹੁਣ ਜੋ ਤਫਤੀਸ਼ ਚੱਲ ਰਹੀ ਹੈ ਸੀਨੀਅਰ ਅਫਸਰਾਂ ਨੂੰ ਕਾਰਵਾਈ ਕਰ। ਜਗਰਾਤਾ ਹੋ ਰਿਹਾ ਥਾ ਤੋ ਜੈਸੇ ਸਭ ਲੋਕ ਆਰਾਮ ਸੇ ਬੈਠੇ ਥੇ, ਕੋਈ ਇਤਨਾ ਵੋ ਥਾ ਨਹੀਂ, ਏਕ ਬਜੇ ਕਾ ਅੰਧੇਰੀ ਆ ਗਈ, ਬਸ ਸਰੇਦਾ ਪੰਡਾਲ ਸਭਕੇ ਸਾਰੇ ਬੰਦੇ ਕੇ ਉੱਪਰ ਆ ਗਿਆ, ਪਰ ਕਾਫੀ ਬੰਦੇ ਚੋਟ ਖਾਏ ਹੈ, 5-6 ਬੱਚੇ ਹੈ ਔਰ ਇੱਕ ਇੰਜਰਡ ਹੋਈ ਗਈ ਜੀ। ਅੱਛਾ, ਕਿੰਨੇ ਲੋਕ ਇੰਜਰਡ ਹੋਏ ਇਸਮੇਂ? ਇਸਮੇਂ 5 ਲੋਕ ਹੋਏ, ਦੋਨੋਂ 3, 2 ਤੋਂ ਘਰ ਪੇ ਆ ਗਏ ਬੱਚੇ, ਹਲਕਾ ਹਲਕਾ 3 ਕੇ ਜ਼ਿਆਦਾ ਲੱਗ ਗਈ ਬੱਚੋਂ ਕਾ, ਉਨਕੇ ਸਿਰ ਪੇ ਜ਼ਿਆਦਾ ਲੱਗ ਗਿਆ। ਤੋ ਇਸਕੇ ਕੈਸੇ ਕਾਰਵਾਈ ਕੀ ਹੈ? ਪੁਲਿਸ ਵਾਲੇ ਤੋ ਗਏ ਥੇ, ਸਭ ਲਿਖ ਪੜ੍ਹ ਕੇ ਲਿਆ, ਸ਼ਾਮ ਸੁਬਹ ਬੁਲਾਏ ਥੇ ਕਿ ਆ ਜਾਣਾ ਯਹਾਂ ਪੇ, ਸਾਰੇ ਬੰਦੇ ਆਗੇ ਮਿਲ ਗਏ, ਬਾਕੀ ਗਾੜੀਆਂ ਸਭ ਖੜੀ। ਕਿਸਕੀ ਤਰਫ ਸੇ, ਕਹਾਂ ਪੇ ਪ੍ਰੋਗਰਾਮ ਹੋ ਰਿਹਾ ਥਾ? ਬਾਰਨਾੜਾ ਰੋਡ ਪੇ, ਦਾਰਖਾਨ ਕਲੱਬ ਮੇਂ। ਕੌਨ ਸੀ ਜਗ੍ਹਾ, ਕਿਸਨੇ, ਕੌਨ ਸੀ ਸੰਸਥਾ ਨੇ ਕਰਾਇਆ ਥਾ ਪ੍ਰੋਗਰਾਮ? ਉਹ ਬਾਕੇ ਬਿਹਾਰੀ ਕਲੱਬ ਮੇਂ। ਜੋ ਜਿਸਕੀ ਡੈਥ ਹੋਈ ਹੈ ਵੋ ਕੌਨ ਹੈ, ਲੇਡੀ ਕਿਤਨੇ ਸਾਲ ਕੀ ਹੈ, ਕਿਆ ਨਾਮ ਹੈ ਉਸਕਾ? ਉਸਕਾ ਨਾਮ, ਕਿਆ ਨਾਮ ਹੈ ਉਸਕਾ? ਸੁਨੀਤਾ ਨਾਮ। ਕਿਤਨੇ ਸਾਲ ਕੀ ਹੈ? 40 ਸਾਲ। ਕਹਾਂ ਰਹਿਤੀ ਹੈ? ਵੋਹੀ ਬਾਰਨਾੜਾ ਰੋਡ ਮੇਂ। ਠੀਕ ਹੈ। ਰਾਤੇ ਹੋਇਆ ਐਕਸੀਡੈਂਟ ਹੋਇਆ, ਉਹਦੇ ਵਿੱਚ ਕੀ, ਕਿੰਨੇ ਲੋਕਾਂ ਦੀ ਜਿਹੜੀ ਮੌਤ ਹੋਈ ਹੈ? ਰਾਤ ਜੀ ਇੱਥੇ ਬਾਰਨਹਾੜੇ ਸਾਡੇ ਇੱਕ ਪਿੰਡ ਪੈਂਦਾ, ਉੱਥੇ ਜਾਗਰਣ ਸੀਗਾ ਮਾਤਾ ਦਾ, ਅਤੇ ਬਾਹਰੋਂ ਉਹਨਾਂ ਨੇ ਸਿੰਗਰ ਬੁਲਾਏ ਹੋਏ ਸੀਗੇ ਜੋ ਜਾਗਰਣ ਦੇ ਧਾਰਮਿਕ ਗੀਤ ਗਾਉਂਦੇ ਸੀਗੇ, ਅਤੇ ਰਾਤ ਕਰੀਬ ਜਦੋਂ 3 ਵਜੇ ਦੀ ਗੱਲ ਹੈ, ਸਵੇਰੇ ਤੜਕੇ ਸਰ ਮੌਸਮ ਦੇ ਥੋੜ੍ਹੇ ਜਿਹੇ ਬਦਲਿਆ ਸੀਗਾ, ਤਾਂ ਹਨੇਰੀ ਨੂਰੀ ਚੱਲੀ ਸੀਗੀ, ਉਹਦੇ ਕਰਕੇ ਜਿਹੜੀ ਸਟੇਜ ਹੈ ਉਹ ਸਟੇਜ ਡਿੱਗ ਗਈ, ਉਹਦੇ ਨਾਲ ਕਈ 7 ਤੋਂ 8 ਬੰਦੇ ਜਿਹੜੇ ਫੱਟੜ ਹੈ, ਅਤੇ ਇੱਕ ਸੁਨੀਤਾ ਨਾਮ ਦੀ ਲੇਡੀ ਜਿਹੜੀ 40 ਸਾਲ ਦੀ ਜਿਹਦੀ ਉਮਰ ਸੀ ਉਹਦੀ ਮੌਤ ਹੋ ਗਈ DMC ਜਾ ਕੇ ਜੀ।
ਅਤੇ ਇਹਦੇ ਕਿਹਦੀ ਗਲਤੀ ਸਰ ਨਿਕਲਦੀ ਹੈ ਕਿਉਂਕਿ ਲਗਾਤਾਰ ਇਹ ਅਸੀਂ ਚੀਜ਼ ਜੀ ਵੈਰੀਫਾਈ ਕਰਦੇ ਹਾਂ, ਅਸੀਂ ਹੁਣ ਦੇਖ ਰਹੇ ਹਾਂ ਵੀ ਜਿਹੜੇ ਟੈਂਟ ਵਾਲੇ ਸੀਗੇ ਉਹਨਾਂ ਨੇ ਕੋਈ ਸੇਫਟੀ ਜਿਹੜੇ ਮੀਜ਼ਰਸ ਰੱਖੇ ਸੀਗੇ ਕਿ ਨਹੀਂ ਰੱਖੇ ਸੀ, ਵੀ ਬਾਕੀ ਮੌਸਮ ਦਾ ਕਿੰਨਾ ਕੁ ਬਦਲਿਆ, ਕਿ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਵੀ ਚੰਗੀ ਤਰ੍ਹਾਂ ਆਪਣਾ ਟੈਂਟ ਜਿਹੜਾ ਸਟੇਜ ਆ ਸੈਟਅਪ ਕਰਨਾ ਚਾਹੀਦਾ ਸੀ ਸੇਫਟੀ ਮੁਤਾਬਕ। ਕਿੰਨੇ ਲੋਕ ਮਰੇ? ਇੱਕ ਦੀ ਡੈਥ ਹੋਈ ਹੈ, ਸੁਨੀਤਾ ਲੇਡੀ। ਤਿੰਨ ਜਣੇ ਕਿੰਨੇ? 7 to 8 ਬੰਦੇ ਇੰਜਰਡ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ? ਕਾਰਵਾਈ ਉਹਨਾਂ ਦੇ ਹੁਣ ਅਸੀਂ 174 ਦੀ ਕਾਰਵਾਈ ਜਿਹੜੀ CRPC ਉਹ ਕਰ ਰਹੇ ਹਾਂ, BNSS ਜਿਹੜੀ ਹੁਣ ਨਵੀਂ ਧਾਰਾ 'ਚ, ਅਤੇ ਬਾਕੀ ਹੁਣ ਜੋ ਤਫਤੀਸ਼ ਚੱਲ ਰਹੀ ਹੈ ਸੀਨੀਅਰ ਅਫਸਰਾਂ ਨੂੰ ਕਾਰਵਾਈ ਕਰ ਰਹੇ।